ਗੱਡੀ ਚਾਵੇ ਤੋਂ ਆਉਣ ਡੇ ਸੀ ਇਹ ਮੁੰਦਰਾ ਜਾ ਰਹੀ ਸੀ ਇਹ ਡਰਾਈਵਰ ਚਲਾਉਣ ਡੇ ਦੂਜਾ ਡਰਾਈਵਰ ਹੀ ਆਪਣਾ ਕੀ ਗੱਲਬਾਤ ਹੋਈ ਕਿੰਨੇ ਵਜੇ ਹਾਦਸਾ ਇਹ 10:30 ਵਜੇ ਗੱਡੀ ਆਈ ਆ ਤੇ ਆਟੋ ਵਾਲਾ ਰਸਕੇ ਵਾਲਾ ਗਾੜੀ ਆਉਣ ਡਿਆ ਸੀ ਉਹਨੇ ਜਾਂ ਅਚਾਨਕ ਬ੍ਰੇਕ ਮਾਰੀ ਗਾੜੀ ਇਹ ਗੱਡੀ ਦੀ ਬ੍ਰੇਕ 2 ਵਾਰਾਂ ਵੱਜੀ ਆ ਤੇ ਮੁੜ ਕੇ ਗੱਡੀ ਦਾ ਬੈਲੈਂਸ ਵਿਗੜ ਗਿਆ ਗੱਡੀ 'ਚ ਕੀ ਸੀਗਾ ਵੀ ਜੀ ਗੱਡੀ 'ਚ ਧਾਗਾ ਭਰਿਆ ਧਾਗਾ ਭਰਿਆ ਗੱਡੀ ਲੋਡ ਸੀਗੀ ਹਾਂ ਲੋਡ ਆ ਗੱਡੀ ਇਹ ਮੁੰਦਰਾ ਜਾਣੀ ਆ ਮੁੰਦਰਾ ਜਾਣੀ ਸੀਗੀ ਅੱਛਾ ਕਿੰਨਾ ਕੁ ਨੁਕਸਾਨ ਹੋ ਗਿਆ ਕਿੰਨੇ ਵਜੇ ਜਿਹੜਾ ਹਾਦਸਾ ਇਹ ਹਾਦਸਾ ਹੋਇਆ 10:30 ਵਜੇ ਰਾਤ ਨਹੀਂ ਰਾਤ ਦੇ 10:30 ਵਜੇ ਗੱਡੀ ਦਾ ਕੈਮਰ ਪੂਰਾ ਟੁੱਟ ਗਿਆ ਸਾਰਾ ਪੂਰਾ ਟੁੱਟ ਗਿਆ ਜੀ ਗੱਡੀ ਦਾ ਬੰਦੇ ਬਚ ਗਏ ਜੀ ਬੰਦੇ ਬਚ ਗਏ ਬੰਦੇ ਸੱਟਾਂ ਲੱਗੀਆਂ ਉਹ ਬੰਦੇ ਬਚ ਗਏ ਉਹ ਰਿਕਸ਼ੇ ਵਾਲਾ ਬਚ ਗਿਆ ਜੀ ਉਹ ਰਿਕਸ਼ੇ ਵਾਲਾ ਭੱਜ ਗਿਆ ਰਿਕਸ਼ੇ ਨੂੰ ਕੱਖ ਵੀ ਨਹੀਂ ਹੋਇਆ ਜੀ ਭੱਜ ਗਿਆ ਉਹਦੇ ਅੱਜ ਹੁਣ ਪੌਂਕੇ ਦੇ ਪੁਲਿਸ ਅਧਿਕਾਰੀ ਆਏ ਨੇ ਤੁਹਾਡੀ ਹਾਂਜੀ ਰਾਤ ਵੀ ਆਏ ਪੁਲਿਸ ਵਾਲੇ ਜੀ ਰਾਤ ਵੀ ਸਾਡੀ ਪੂਰੀ ਮਦਦ ਕੀਤੀ ਉਹਨਾਂ ਨੇ ਹੁਣ ਵੀ ਸਵੇਰ ਦੇ ਆਣ ਕੇ ਸਾਡੇ ਨਾਲ ਲੱਗੇ ਆ ਇਹੋ ਜੀ ਕੋਈ ਗੱਲ ਨਹੀਂ ਗੱਡੀ ਆ ਕਿੱਧਰੋਂ ਗਈ ਸੀ ਇਹ ਗੱਡੀ ਆ ਗਈ ਆਪਣੇ ਸਾਹਨੇਆਲ ਤੋਂ ਇਹ ਮੁੰਦਰਾ ਜਾਣੀ ਆਪਣੇ ਗੁਜਰਾਤ ਦੇ ਵਿੱਚ ਦਾਨੀਪੋਰਟ ਅਡਾਨੀਪੋਰਟ ਅੱਜ ਧਾਗਾ ਲੈ ਕੇ ਜਾ ਰਹੇ ਹਾਂਜੀ ਧਾਗਾ ਲੱਗ ਗਿਆ ਜਾਨੀ ਨੁਕਸਾਨ ਤਾਂ ਨਹੀਂ ਹੋਇਆ ਕੋਈ ਨਹੀਂ ਜਾਨੀ ਨੁਕਸਾਨ ਨਹੀਂ ਕੱਲਾ ਬੰਦਾ ਸੀਗਾ ਜੀ ਇੱਕੋ ਡਰਾਈਵਰ ਸੀਗਾ ਵਿੱਚ ਬੰਦੇ ਕਿੰਨੇ ਜ਼ਖਮੀ ਤੇ ਦਾਦੀ ਦੋ ਬੰਦੇ ਜ਼ਖਮੀ ਆ ਦੋਵਾਂ ਨੂੰ ਹਸਪਤਾਲ ਚ ਦਾਖਲ ਆ ਹਾਂਜੀ ਸੇਵਾ ਹਾਂਜੀ ਉੱਥੇ ਸੇਵਾ ਨਾਲ ਜ਼ੋਨ ਇੰਚਾਰਜ ਹੈ ਟ੍ਰੈਫਿਕ ਜ਼ੋਨ 5 ਦਾ ਪਰਮਿੰਦਰ ਰੋਡ ਬੰਦ ਇਹਨਾਂ ਨੂੰ ਜਿਹੜਾ ਰਾਤ ਹਾਦਸਾ ਹੋ ਗਿਆ ਸੀ 10:30 ਵਜੇ ਦੇ ਕਰੀਬ ਦੀ ਗੱਲ ਹੈ ਇਹ ਟਰੱਕ ਵਾਲਾ ਆਟੋ ਨੂੰ ਬਚਾਉਂਦਾ ਉਹਦੇ ਕਰਕੇ ਇਹ ਹਾਦਸਾ ਹੋ ਗਿਆ ਅਤੇ ਹੁਣ ਟ੍ਰੈਫਿਕ ਰਾਤ ਵੀ ਸਾਡੇ ਕਰਮਚਾਰੀ PCR ਵਾਲੇ ਥਾਣੇ ਵਾਲੇ ਆ ਗਏ ਸੀਗੇ ਰਾਤ ਦੀ ਟ੍ਰੈਫਿਕ ਠੀਕ ਚੱਲ ਰਹੀ ਹੈ ਹੁਣ ਵੀ ਇਹ ਸਵੇਰੇ ਅਸੀਂ ਕਰਾ ਕੇ ਹੁਣ ਥੋੜ੍ਹੀ ਦੇਰ 'ਚ ਚਾਲੂ ਹੋ ਜੂਗੀ ਨਹੀਂ ਕਿਸੇ ਦਾ ਕੋਈ ਜਾਨੀ ਮਾਲੀ ਨੁਕਸਾਨ ਕੋਈ ਨਹੀਂ ਹੋਇਆ ਮਾਮੂਲੀ ਜਿਹੀਆਂ ਸੱਟਾਂ ਲੱਗੀਆਂ ਨੇ ਕੋਈ ਏਦਾਂ ਦੀ ਗੱਲਬਾਤ ਹੈ ਨਹੀਂ ਕੋਈ ਡਰਿੰਕ ਨਹੀਂ ਸੀਗੀ ਕੋਈ ਅਚਾਨਕ ਹਾਂ ਸਿੱਧੀ ਕਰਵਾਈ ਆ ਥੋੜ੍ਹਾ ਬਸ ਥੋੜ੍ਹੇ ਕੁਛ ਕੁ ਦੇਰ 'ਚ ਟ੍ਰੈਫਿਕ ਚਾਲੂ ਹੋ ਜੂਗੀ ਇਹ ਸ਼ੇਰਪੁਰ ਚੌਂਕ ਦੇ ਉੱਪਰ ਦੇ ਬਸ ਹੋਇਆ ਉਹ ਥੋੜ੍ਹੀਆਂ ਜ਼ਖਮੀ ਹੋਏ ਨੇ ਉਹ ਹੋਸਪਿਟਲ ਭੇਜਤੇ ਸੀ ਰਾਤ PCR ਵਾਲਿਆਂ ਨੇ ਠੀਕ ਹੈ ਜੀ ਹਾਂ ਹੁਣ ਇਹ ਬਸ ਚਾਲੂ ਹੋ ਜਾਣਾ ਤੁਹਾਡੇ ਦੇਖਦੇ 2-4 ਮਿੰਟ ਹਾਂ ਬਹੁਤ ਹਾਦਸੇ ਤੋਂ ਬਚਾਅ ਹੋ ਗਿਆ ਡਰਾਈਵਰ ਦੀ ਸੂਝਬੂਝ ਨਾਲ ਹਾਦਸਾ ਟਲ ਗਿਆ ਦੇਸ਼ ਦੁਨੀਆ ਕੀ ਹਰ ਖਬਰ ਸਭ ਤੋਂ ਪਹਿਲੇ ਦੇਖਣੇ ਕੇ ਲਈ ਫਾਲੋ ਕਰੇ ਦੈਨਿਕ ਸਵੇਰਾ TV YouTube Facebook Instagram X और WhatsApp चैनल पर